ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ। ਗੁਰਮੁਖ ਪਿਆਰਿਓ, ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ, ਸਤ ਸੰਗਤ ਬਾਬਾ ਕੁਲਵੰਤ ਸਿੰਘ ਜੀ ਦੇ ਗੁਪਤ ਕਮਰੇ 'ਚ ਆਏ ਦਸਮ ਪਿਤਾ ਅਤੇ ਕਲਯੁਗ ਦੀ ਸੱਚਾਈ ਦੱਸੀ, ਖਾਤਮੇ ਦੇ ਆਉਣ ਵਾਲੀ ਆਖਰੀ ਤਾਰੀਖ ਦਾ ਵੀ ਜ਼ਿਕਰ ਕੀਤਾ ਹੈ। ਹਜ਼ੂਰ ਸਾਹਿਬ ਕਿਹੜੀ ਜਗ੍ਹਾ 'ਤੇ ਖਜ਼ਾਨਾ ਮਿਲੇਗਾ, ਇਹਦੇ ਬਾਰੇ ਵੀ ਜਿਹੜਾ ਹੈ ਜ਼ਿਕਰ ਕੀਤਾ ਗਿਆ। ਬਾਬਾ ਕੁਲਵੰਤ ਸਿੰਘ ਦੇ ਸੁਪਨੇ ਦਾ ਅਨੁਭਵ ਕਿਵੇਂ ਹੋਇਆ, ਮਹਿਸੂਸ ਹੋਇਆ, ਦੁਨੀਆ ਬਾਰੇ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ। ਪਿਆਰਿਓ, ਪਹਿਲਾਂ ਤਾਂ ਸਾਰੀ ਸੰਗਤ ਆਪਣੀਆਂ ਹਾਜ਼ਰੀਆਂ ਲਗਵਾਓ, ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਤ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰਾਮਤ ਕਰਨ, ਪਿਆਰਿਓ ਸਭਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਇਹ ਗੱਲ ਜਿਹੜੀ ਹੈ ਜ਼ਰੂਰ ਆਪਾਂ ਨੂੰ ਸਮਝ ਲੈਣੀ ਪਏਗੀ। ਗੁਰਮੁਖ ਪਿਆਰਿਓ, ਕਿਉਂਕਿ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਜਿਹੜੀ ਹੈ ਉਹ ਕਿਸੇ ਵਿਰਲੇ 'ਤੇ ਵਰਤਦੀ ਹੈ, ਜਿਹਦੇ 'ਤੇ ਗੁਰੂ ਮਿਹਰਬਾਨ ਹੋ ਜਾਏ, ਜਿਹਦੇ 'ਤੇ ਸਤਿਗੁਰੂ ਮਿਹਰਬਾਨ ਹੋ ਜਾਏ, ਅਤੇ ਜਿਹਦੇ ਗੁਰੂ ਮਿਹਰਬਾਨ ਹੋ ਜਾਏ ਪਿਆਰਿਓ, ਉਹਨੂੰ ਕੋਈ ਫਿਰ ਥੱਲੇ ਨਹੀਂ ਲਾ ਸਕਦਾ। ਜਿਹਦੇ 'ਤੇ ਗੁਰੂ ਮਿਹਰਬਾਨ ਹੋ ਜਾਏ, ਜਿਹਦੇ 'ਤੇ ਗੁਰੂ ਮਿਹਰਬਾਨ ਹੋ ਜਾਏ, ਉਹਨੂੰ ਕੌਣ ਜਿਹੜਾ ਹੈ ਹਰਾ ਸਕਦਾ ਹੈ, ਇਹ ਗੱਲ ਜ਼ਰੂਰ ਸਮਝਿਓ। ਸਤ ਸੰਗਤ, ਆਪਾਂ ਇੱਕ ਗੱਲ ਜਿਹੜੀ ਹੈ ਜ਼ਰੂਰ ਗੁਰਬਾਣੀ ਦੇ ਵਿੱਚ ਸੁਣੀ ਹੋਵੇਗੀ, ਪੜ੍ਹੀ ਹੋਵੇਗੀ ਸਤਿਗੁਰੂ ਦੇ ਪਾਵਨ ਬਚਨ ਨੇ। ਸਤਿਗੁਰ ਕਹਿੰਦੇ ਨੇ ਕਿ ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਵਿਦਾਰੀ। ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਸ ਮਨੁੱਖ ਦੇ ਮੱਥੇ ਉੱਤੇ ਨਾਮ ਦੀ ਪ੍ਰਾਪਤੀ ਦਾ ਲੇਖ ਹੈ, ਲਿਖਿਆ ਹੋਇਆ, ਉਸ ਨੂੰ ਗੁਰੂ ਪਾਸੋਂ ਉਹ ਮਿਲਦਾ, ਗੁਰੂ ਨੂੰ ਮਿਲ ਕੇ ਉਸਦੇ ਸਾਰੇ ਰੋਗ ਜਿਹੜੇ ਨੇ ਉਹ ਕੱਟੇ ਜਾਂਦੇ ਨੇ, ਸਾਰੇ ਰੋਗ ਕੱਟੇ ਜਾਂਦੇ ਨੇ। ਗੁਰਮੁਖ ਪਿਆਰੇ, ਉਹ ਜਿਸ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਏ ਤਾਂ ਫਿਰ ਉਹਦੇ ਸਾਰੇ ਰੋਗ ਦੂਰ ਹੋ ਜਾਂਦੇ ਨੇ। ਪਾਤਸ਼ਾਹ ਦੀ ਬੜੀ ਵੱਡੀ ਕਿਰਪਾ ਵਰਤਦੀ ਹੈ, ਸਤਿਗੁਰ ਸੱਚੇ ਪਾਤਸ਼ਾਹ ਦੀ ਬੜੀ ਵੱਡੀ ਰਹਿਮਤ ਉਹਨਾਂ 'ਤੇ ਵਰਤਦੀ ਹੈ ਪਿਆਰਿਓ, ਜਿਹੜੇ ਗੁਰੂ ਦੇ ਹੋ ਜਾਂਦੇ ਨੇ, ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ। ਸਾਧ ਸੰਗਤ, ਮੈਂ ਬੇਨਤੀ ਕਰਾਂ, ਪਾਤਸ਼ਾਹ ਦੇ ਕਿਵੇਂ ਹੋਈ ਰਹਿ ਇਹ ਸਾਨੂੰ ਸਿੱਖਣਾ ਪਏਗਾ। ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ, ਜਿਹੜੇ ਤਖ਼ਤ ਸਾਹਿਬ ਦੇ ਜਥੇਦਾਰ ਨੇ, ਜਿਹੜੇ ਮੇਨ ਮੁੱਖ ਸੇਵਾਦਾਰ ਨੇ, ਜਿਹੜੇ ਅੰਦਰ ਵਸਤਰਾਂ ਦੀ ਸ਼ਸਤਰਾਂ ਦੀ ਸੇਵਾ ਕਰਦੇ ਨੇ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸਣ ਹੈ, ਅਤੇ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਗਏ ਸੀ, ਜਿਸ ਥਾਂ 'ਤੇ ਚੰਦਨ ਦੀ ਚਿਖਾ ਚਿਣੀ ਗਈ ਸੀ, ਜਦੋਂ ਆਪਾਂ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਐਂਟਰ ਹੁੰਦੇ ਹਾਂ, ਜਿੱਥੇ ਸਾਰੀ ਸੰਗਤ ਮੱਥਾ ਟੇਕਦੀ ਹੈ, ਤੁਹਾਨੂੰ ਪਤਾ ਸਰੂਪ ਪ੍ਰਕਾਸ਼ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਇੱਧਰ ਦਸਮ ਗ੍ਰੰਥ ਅਤੇ ਪਿਆਰੇ ਉਹ ਇੱਧਰ ਜਪਜੀ ਸਾਹਿਬ ਦੇ ਪਾਠ ਚੱਲ ਰਹੇ ਹੁੰਦੇ ਨੇ, ਅਤੇ ਸਾਹਮਣੇ ਜਿਹੜਾ ਇੱਕ ਕਮਰਾ ਬਣਿਆ ਹੋਇਆ ਹੈ ਉਸ ਦੇ ਵਿੱਚ ਜਿਹਦੇ ਸ਼ਸਤਰ ਪਏ ਹੋਏ ਨੇ, ਉੱਥੇ ਕੋਈ ਆਮ ਨਹੀਂ ਜਾ ਸਕਦਾ, ਉੱਥੇ ਸਿਰਫ ਬਾਬਾ ਕੁਲਵੰਤ ਸਿੰਘ ਜੀ ਹੀ ਜਾ ਸਕਦੇ ਨੇ। ਅਤੇ ਉਹਦਾ ਕਾਰਨ ਕੀ ਹੈ ਕਿ ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ ਉੱਥੇ ਸਿਰਫ ਐਂਟਰੀ ਉਹਨੂੰ ਹੈ, ਹੋਰ ਕਿਸੇ ਨੂੰ ਨਹੀਂ। ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ, ਜਿਹੜਾ
ਨਿੰਦਿਆ ਚੁਗਲੀ ਈਰਖਾ ਦੁਵੈਸ਼ ਤੋਂ ਰਹਿਤ ਹੋ ਗਿਆ, ਜਿਹਨੇ ਮੋਹ ਭੰਗ ਕਰ ਲਿਆ ਦੁਨੀਆ ਤੋਂ, ਜਿਹੜਾ ਗੁਰੂ ਦੇ ਹੀ ਹੋ ਗਿਆ, ਜਿਹੜਾ ਪਾਤਸ਼ਾਹ ਦੇ ਹੋ ਗਿਆ, ਉਹ ਜਾ ਸਕਦਾ, ਉਹ ਸੇਵਾ ਕਰ ਸਕਦਾ, ਉੱਥੇ ਕੋਈ ਹੋਰ ਨਹੀਂ ਸੇਵਾ ਕਰ ਸਕਦਾ, ਕੋਈ ਹੋਰ ਨਹੀਂ ਸੇਵਾ ਕਰ ਸਕਦਾ। ਮੇਰੇ ਖਿਆਲ 'ਚ ਜੇ ਮੈਂ ਗਲਤ ਨਹੀਂ ਤਾਂ ਅੱਜ ਤੋਂ 150 ਸਾਲ ਪਹਿਲਾਂ ਇੱਕ ਕਲਾ ਵਰਤਦੀ ਹੁੰਦੀ ਸੀ, 100 ਸਾਲ ਦੇ ਲਗਭਗ ਜਿਹੜਾ ਇਹੋ ਜਿਹਾ ਸਮਾਂ ਸੀ ਕਿ ਜਦੋਂ ਗਾਗਰ ਭਰ ਕੇ ਲਿਆਉਂਦੇ ਸੀ, ਸਾਰੀ ਸੰਗਤ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸੀ ਅਤੇ ਉਹ ਗਾਗਰ ਦੇ ਵਿੱਚੋਂ ਜਿਹੜਾ ਪਾਣੀ ਸੀ ਉਹ ਡੁੱਲਿਆ ਹੁੰਦਾ ਸੀ ਅਤੇ ਕਸ਼ਹਿਰਾ ਗਿੱਲਾ ਹੁੰਦਾ ਸੀ ਅਤੇ ਦਾਤਣ ਜਿਹੜੀ ਆ ਉਹ ਕਰੀ ਹੁੰਦੀ ਸੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪ੍ਰਤੱਖ ਉੱਥੇ ਦਰਸ਼ਨ ਉਹਨੂੰ ਹੁੰਦੇ ਸੀ ਜਿਹੜਾ ਕੋਈ ਅੰਦਰੋਂ ਪੂਰਾ ਸੀ, ਨਹੀਂ ਹੋਰ ਕਿਸੇ ਨੂੰ ਦਰਸ਼ਨ ਨਹੀਂ ਸੀ ਹੁੰਦੇ। ਹਾਲਾਂਕਿ ਠੀਕ ਹੈ ਅੱਜ ਵੀ ਗਾਗਰ ਭਰ ਕੇ ਲਿਆਂਦੀ ਜਾਂਦੀ ਹੈ ਅਤੇ ਉਹ ਕਲਾ ਜਿਹੜੀ ਹੈ ਵਰਤਣੀ ਸ਼ਾਇਦ ਉੱਥੇ ਬੰਦ ਹੋ ਗਈ। ਮੈਂ ਪੁਰਾਣੇ ਬਜ਼ੁਰਗਾਂ ਤੋਂ ਸੁਣਿਆ ਜਿਨ੍ਹਾਂ ਦੀ ਉਮਰ 90-85 ਸਾਲ ਦੇ ਆਸ ਪਾਸ, 90-95 ਜਾਂ 100 ਤੋਂ ਪਾਰ, ਅਤੇ ਇਹੋ ਜਿਹੇ ਬਜ਼ੁਰਗ ਮਿਲੇ ਜਿਨ੍ਹਾਂ ਤੋਂ ਇਹ ਗੱਲ ਸੁਣੀ ਅਤੇ ਬਹੁਤ ਚੰਗਾ ਲੱਗਿਆ, ਮਨ ਭਾਵੁਕ ਵੀ ਹੋਇਆ ਕਿ ਸੱਚੇ ਪਾਤਸ਼ਾਹ ਅੱਜ ਵੀ ਹਾਜ਼ਰ ਨਾਜ਼ਰ ਨੇ ਅਤੇ ਦਰਸ਼ਨ ਜਿਹੜੇ ਨੇ ਉਹ ਆਮ ਨਹੀਂ ਹੈਗੇ ਉਹਨਾਂ ਦੇ, ਉਹਨਾਂ ਦੇ ਦਰਸ਼ਨ ਜਿਹੜੇ ਨੇ ਜਿਹਨੇ ਸ਼ਬਦ ਦੀ ਕਮਾਈ ਕੀਤੀ ਹੋਈ ਹੈ ਉਹਨੂੰ ਹੁੰਦੇ ਨੇ। ਚਲੋ ਖੈਰ, ਵੈਸੇ ਤਾਂ ਸਤਿਗੁਰੂ ਹਰ ਪਾਸੇ ਹਾਜ਼ਰ ਨਾਜ਼ਰ ਨੇ, ਜਿੱਥੇ ਕੋਈ ਮਰਜ਼ੀ ਬੈਠ ਕੇ ਉਹਨਾਂ ਨੂੰ ਯਾਦ ਕਰ ਲਏ ਸਤਿਗੁਰੂ ਦੇ ਦੀਦਾਰ ਜ਼ਰੂਰ ਹੋਣਗੇ। ਗੁਰਮੁਖ ਪਿਆਰਿਓ, ਬਾਬਾ ਕੁਲਵੰਤ ਸਿੰਘ ਜੀ ਜਿਹੜੇ ਨੇ, ਮੈਂ ਕਹਿ ਸਕਦਾ ਕਿ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਿਲਕੁਲ ਨੇੜੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਜਿਹੜੇ ਨੇ ਉਹਨਾਂ ਨੂੰ ਹੋ ਸਕਦੇ ਨੇ, ਹੁੰਦੇ ਹੀ ਹੋਣਗੇ ਰੋਜ਼। ਐਸੇ ਅਸਥਾਨ 'ਤੇ ਰਹਿਣਾ, ਗੁਰੂ ਦੇ ਦੀਦਾਰ ਕਰਨੇ, ਗੱਲ ਛੋਟੀ ਜਿਹੀ ਥੋੜ੍ਹਾ, ਬਹੁਤ ਵੱਡੀ ਗੱਲ ਆ ਸਤਸੰਗਤ, ਅਤੇ ਉਹਨਾਂ ਨੂੰ ਦੀਦਾਰੇ ਹੋਏ ਹੋਣਗੇ। ਜਿਹੜੇ ਦੁਨੀਆ ਦੀ ਸੱਚਾਈ ਤੋਂ ਵਾਕਫੀਅਤ ਰੱਖ ਲੈਂਦੇ ਨੇ ਉਹ ਮੌਨ ਹੋ ਜਾਂਦੇ ਨੇ, ਉਹ ਫਿਰ ਜ਼ਿਆਦਾ ਦੁਨੀਆ ਨਾਲ ਬੋਲਦੇ ਨਹੀਂ। ਜੋ ਕਲਾਵਾਂ ਵਰਤਦੀਆਂ ਨੇ, ਕਲਾਵਾਂ ਵਰਤਣੀਆਂ ਹੁੰਦੀਆਂ ਨੇ, ਉਹ ਫਿਰ ਬੋਲ ਕੇ ਦੁਨੀਆ ਨੂੰ ਨਹੀਂ ਜਣਾਉਂਦੇ ਹੁੰਦੇ ਵੀ ਆਹ ਹੋਣ ਵਾਲਾ, ਆਹ ਹੋਣ ਵਾਲਾ, ਆਹ ਹੋ ਰਿਹਾ। ਹਾਂ, ਜੇ ਕੁਝ ਗਲਤ ਹੋਣ ਵਾਲਾ ਤਾਂ ਸਤਿਗੁਰੂ ਉਹਨਾਂ ਤੋਂ ਸੇਵਾਵਾਂ ਲੈ ਲੈਂਦੇ ਨੇ ਅਤੇ ਉਸ ਚੀਜ਼ ਨੂੰ ਰੋਕ ਲੈਂਦੇ। ਮੈਂ ਕਹਿੰਦਾ ਜੇ ਧਰਤੀ ਅੱਜ ਖੜੀ ਹੈ ਜਾਂ ਸਾਡੇ ਲੋਕ ਜਿਹੜੇ ਨੇ ਅੱਜ ਜੀਵਤ ਨੇ, ਸ਼ਾਇਦ ਕੁਝ ਬੰਦਗੀ ਵਾਲੀਆਂ ਰੂਹਾਂ ਕਰਕੇ ਨੇ, ਅਤੇ ਜੇ ਦੁਨੀਆ ਅਨੰਦ ਤੋਂ ਨਾ ਹੋਵੇ, ਮੈਂ ਕਹਿੰਦਾ ਤਾਂ ਮਿੰਟਾਂ ਸਕਿੰਟਾਂ 'ਚ ਅੱਖ ਝਪਕਣ ਨੂੰ ਵੀ ਹਜੇ ਸਮਾਂ ਲੱਗਦਾ, ਇਹ ਤੋਂ ਵੀ ਘੱਟ ਸਮੇਂ ਦੇ ਵਿੱਚ ਸਤਿਗੁਰੂ ਦੁਨੀਆ ਦਾ ਅੰਤ ਕਰ ਸਕਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਸ਼ਾਇਦ ਉਹਨਾਂ ਨਾਮ ਰੱਪੀ ਰੂਹਾਂ ਕਰਕੇ ਸ਼ਾਇਦ ਚੁੱਪ ਬੈਠੇ ਆ, ਅਤੇ ਜਿਹੜੇ ਹਿਸਾਬ ਨਾਲ ਸਾਡੇ ਹਾਲਾਤ ਨੇ, ਅਤੇ ਮੈਂ ਕਹਿੰਦਾ ਸਤਿਗੁਰੂ ਇੱਕ ਮਿੰਟ ਵੀ ਨਾ ਲਾਉਣ ਪਿਆਰਿਓ, ਇੱਕ ਮਿੰਟ ਵੀ ਨਹੀਂ ਲੱਗਣਾ। ਦੁਨੀਆ ਦਾ ਜਿਹੜਾ ਖਾਤਮਾ ਹੈ ਪਿਆਰੇ, ਉਹ ਇਹ ਤਾਂ ਤੈਅ ਹੈ। ਹਰੂਏ ਹਰੂਏ ਤਿਰ ਗਏ, ਡੂਬੇ ਜਿਨ ਸਿਰ ਭਾਰ, ਉਹ ਤਾਂ ਜਾਣਗੇ ਹੀ ਜਾਣਗੇ। ਮਾਰਗ ਚਲਤ ਹਰੇ ਹਰ ਗਾਈਏ, ਜਿਨ੍ਹਾਂ ਦੀ ਇਹ ਅਵਸਥਾ ਬਣੀ ਹੋਈ ਹੈ ਉਹ ਬਚਣਗੇ, ਅਤੇ ਜਿਨ੍ਹਾਂ ਸਿਰ ਵਿਕਾਰਾਂ ਦੇ ਭਾਰ ਹੋ ਗਏ ਪਿਆਰੇ, ਉਹ ਤਾਂ ਡੁੱਬੀ ਜਾਣਗੇ। ਉਹਨਾਂ ਨੂੰ ਤਾਂ ਰੁੜ ਹੀ ਲੈਣਾ, ਹੜਨੇ ਤਾਂ ਰੁੜ ਹੀ ਜਾਣਗੇ ਵਿੱਚ। ਹਜ਼ੂਰ ਸਾਹਿਬ, ਗੁਪਤ ਖਜ਼ਾਨਾ ਵੀ ਮਿਲਣਾ। ਸਭ ਤੋਂ ਪਹਿਲਾਂ ਖਾਲਸਾ ਸਰਨਾ, 96 ਕਰੋੜ ਜਿਸ ਦਿਨ ਖਾਲਸਾ ਸਜਿਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਤੋਂ, ਉਹ ਖਜ਼ਾਨਾ ਨਿਕਲਣਾ ਪਿਆਰਿਓ। ਉਹ ਖਜ਼ਾਨੇ ਦਾ ਫਿਰ ਲਗਾਤਾਰ ਕੁਝ ਘੜੀਆਂ ਲੰਗਰ ਚੱਲਣਾ, ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾਂ ਬਚਨ ਕੀਤੇ ਹੋਇਆ, ਹਾਲਾਂਕਿ ਉਹ ਖਜ਼ਾਨਾ ਪਹਿਲਾਂ ਦਸਮ ਪਿਤਾ ਨੇ ਕੱਢ ਕੇ, ਜਿਹੜੀ ਨਾਲ ਦੇ ਸਿੰਘ ਸੀ ਜਿਨ੍ਹਾਂ ਨੇ ਤਨਖਾਹਾਂ ਵੰਗੀਆਂ, ਉਹਨਾਂ ਨੂੰ ਤਨਖਾਹਾਂ ਵੀ ਵੰਡੀਆਂ ਹੋਈਆਂ ਨੇ, ਅਤੇ ਬਾਕੀ ਦਾ ਖਜ਼ਾਨਾ ਫਿਰ ਉੱਥੇ ਦੱਬ ਦਿੱਤਾ ਗਿਆ ਸੀ, ਅਤੇ ਸਤਿਗੁਰੂ ਨੇ ਬਚਨ ਕੀਤੇ। ਜਿਹੜੀਆਂ ਢਾਲਾਂ ਦੇ ਨਾਲ ਉਹਨਾਂ ਨੇ ਖਜ਼ਾਨਾ ਭਰ ਭਰ ਵੰਡਿਆ, ਉਹ ਢਾਲ ਵੀ ਉੱਥੇ ਮੌਜੂਦ ਹੈ। ਸਤਿਗੁਰ ਨੇ ਫਿਰ ਬਚਨ ਕੀਤੇ ਸੀ, ਜਦੋਂ 96 ਕਰੋੜ ਖਾਲਸਾ ਹੋ ਜਾਏਗਾ
ਹੋਏਗਾ ਸੱਜ ਕੇ ਤਿਆਰ, ਉਸ ਦਿਨ ਫਿਰ ਇਹ ਖਜ਼ਾਨਾ ਜਿਹੜਾ ਹੈ ਇੱਥੋਂ ਪ੍ਰਗਟ ਹੋਏਗਾ। ਇਹ ਖਜ਼ਾਨਾ ਗੁਰੂ ਕੇ ਸਿੰਘ ਆ ਕੇ ਕੱਢਣਗੇ, ਉਹ ਸਿੰਘ ਸਾਹਿਬਾਨ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਏਗੀ, ਫਿਰ ਇਸੇ ਖਜ਼ਾਨੇ ਦੇ ਵਿੱਚੋਂ ਉਹ 96 ਕਰੋੜ ਖਾਲਸੇ ਦੇ ਲਈ ਲੰਗਰ ਚੱਲੇਗਾ। ਇਹ ਬਚਨ ਗੁਰੂ ਨੇ ਕੀਤੇ ਹੋਏ ਨੇ। ਇਸ ਕਰਕੇ ਪਿਆਰਿਓ, ਅਸੀਂ ਅਜਿਹੀਆਂ ਰੂਹਾਂ ਬਣੀਏ ਜਿਨ੍ਹਾਂ ਨੂੰ ਗੁਰੂ ਦਾ ਦਿਦਾਰਾ ਹੋਵੇ। ਸਪੈਸ਼ਲ ਰੱਬੀ ਰੂਹਾਂ ਦੇ ਵਿੱਚ ਅਸੀਂ ਤਬਦੀਲ ਜਿਹੜੇ ਆ ਹੋ ਸਕਦੇ ਹਾਂ, ਸ਼ਬਦ ਦੀ ਕਮਾਈ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਕਮਾਇਆ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।